ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਸੀਂ ਪੋਲੈਂਡ ਤੋਂ ਆਉਣ ਤੋਂ ਬਾਅਦ ਜਰਮਨ ਦੇ ਬਹੁਤ ਹੀ ਸੋਹਣੇ ਸ਼ਹਿਰ ਵਿੱਚ ਆਏ ਹਾਂ, ਜਿਹਦਾ ਨਾਮ ਹੈਗਾ ਆ ਡਰੈਜ਼ਡਨ। ਅਤੇ ਜਿਵੇਂ ਪਾਸੇ ਤੁਸੀਂ ਦੇਖ ਰਹੇ ਸੀਗੇ ਬਿਲਡਿੰਗ ਜੀ, ਇਹ ਸਾਡਾ ਹੋਸਟਲ ਹੈਗਾ ਆ, ਇੱਥੇ ਅਸੀਂ ਰੁਕੇ ਹੋਏ ਹਾਂ ਹੋਸਟਲ ਦੇ ਵਿੱਚ। ਬਾਕੀ ਇੱਥੇ ਕਾਫੀ ਹੋਟਲ ਵੀ ਹੈਗੇ ਨੇ ਅਤੇ ਉਹ ਜ਼ਿਆਦਾ ਐਕਸਪੈਂਸਿਵ ਹੈਗੇ ਆ ਕਿਉਂਕਿ ਟੂਰਿਸਟ ਏਰੀਆ ਹੈਗਾ ਇਸ ਕਰਕੇ। ਅਤੇ ਅਸੀਂ ਆਪਣਾ ਹੋਸਟਲ ਬੁੱਕ ਕਰਿਆ ਸੀਗਾ ਅਤੇ ਇਹਦੀ ਕੋਸਟ ਜਿਹੜੀ ਹੈਗੀ ਬਹੁਤ ਘੱਟ ਹੈਗੀ ਆ, ਪਰ ਨਾਈਟ ਦੀ ਇੱਕ ਬੰਦੇ ਦੀ 60 ਯੂਰੋ ਕੋਸਟ ਹੈਗੀ ਆ। ਪਿੱਛੇ ਹੋਸਟਲ ਦੇ ਵਿੱਚ ਰਹਿ ਰਹੇ ਹਾਂ। ਇਹ ਹੈਗਾ ਡਰੈਜ਼ਡਨ ਦਾ ਮੇਨ ਟ੍ਰੇਨ ਸਟੇਸ਼ਨ ਅਤੇ ਇੱਥੋਂ ਟ੍ਰੇਨ ਤੋਂ ਉਤਰ ਕੇ ਨਾਲ ਹੀ ਇੱਥੋਂ ਆਪਾਂ ਨੂੰ ਟ੍ਰੈਮ ਵਗੈਰਾ ਮਿਲ ਜਾਂਦੀ ਹੈਗੀ ਆ। ਜੇ ਆਪਾਂ ਸਿਟੀ ਸੈਂਟਰ ਦੇ ਵਿੱਚ ਡਰੈਜ਼ਡਨ ਸਿਟੀ ਸੈਂਟਰ ਦੇ ਵਿੱਚ ਜਾਣਾ ਹੋਵੇ ਈਜ਼ੀਲੀ ਆਪਾਂ ਇੱਥੋਂ ਜਾ ਸਕਦੇ ਹਾਂ ਅਤੇ ਬੱਸ ਵਗੈਰਾ ਵੀ ਮਿਲ ਜਾਂਦੀ ਹੈ। ਜੇ ਬੱਸ ਰਾਹੀਂ ਜਾਣਾ ਵੀ ਬੱਸ ਟ੍ਰੈਮ ਸਾਰਾ ਕੁਝ ਮਿਲ ਜਾਂਦਾ ਆ। ਬਾਕੀ ਬਾਈ ਵਾਕ ਜਾਣਾ ਹੋਵੇ ਤਾਂ 10 ਕੁ ਮਿੰਟ ਲੱਗਦੇ ਆ ਇੱਥੋਂ ਮੇਨ ਟ੍ਰੇਨ ਸਟੇਸ਼ਨ ਤੋਂ। ਅਤੇ ਮਾਰਤਾ ਵਿਕਟੋਰੀਆ ਵੀ ਅੱਜ ਮੇਰੇ ਨਾਲ ਹੈਗੇ ਆ। ਅਤੇ ਇੱਥੇ ਜਿਹੜੀਆਂ ਮੇਨ ਦੋ ਜਗ੍ਹਾਵਾਂ ਦੇਖਣ ਵਾਲੀਆਂ ਬਹੁਤ ਫੇਮਸ ਹੈਗੀਆਂ ਨੇ, ਓਲਡ ਟਾਊਨ ਅਤੇ ਨਿਊ ਟਾਊਨ। ਜਿਹੜਾ ਓਲਡ ਟਾਊਨ ਹੈਗਾ ਉੱਥੇ ਮੋਸਟਲੀ ਜਿਹੜੀਆਂ ਪੁਰਾਣੇ ਸਟਰਕਚਰ ਦੀਆਂ ਬਿਲਡਿੰਗਾਂ ਬਣੀਆਂ ਹੋਈਆਂ ਉਹ ਹੈਗੀਆਂ ਦੇਖਣ ਨੂੰ, ਕਾਫੀ ਸੋਹਣੀਆਂ ਬਿਲਡਿੰਗਾਂ ਨੇ। ਅਤੇ ਬਾਕੀ ਨਵੇਂ ਟਾਊਨ ਦੇ ਵਿੱਚ ਕਾਫੀ ਕੁਝ ਨਵਾਂ ਏਰੀਆ ਬਣਿਆ ਹੋਇਆ ਉਹ ਦੇਖਣ ਨੂੰ ਹੈਗਾ ਆ। ਬਾਕੀ ਅਸੀਂ ਵੀ ਪਹਿਲੀ ਵਾਰ ਆਏ ਹਾਂ ਡਰੈਜ਼ਡਨ ਦੇ ਵਿੱਚ ਅਤੇ ਸਾਡੇ ਫਸਟ ਵਿਜ਼ਿਟ ਹੈਗੀ ਆ ਅਤੇ ਜਾ ਕੇ ਦੇਖਾਂਗੇ ਕੀ ਹੈਗਾ ਆ। ਬਾਕੀ ਮੇਰੇ ਹਿਸਾਬ ਨਾਲ ਜੇ ਤੁਸੀਂ ਟ੍ਰੇਨ ਸਟੇਸ਼ਨ ਤੋਂ ਰਾਈਟ ਸਾਈਡ ਤੋਂ ਬਾਹਰ ਨਿਕਲਦੇ ਹੋ ਤਾਂ ਇੱਥੇ ਇੱਕ ਸਟਰੀਟ ਬਣੀ ਹੋਈ ਆ ਜਿੱਥੇ ਕਾਫੀ ਸਾਰੀਆਂ ਸ਼ੋਪਸ ਹੈਗੀਆਂ ਨੇ ਅਰਾਊਂਡ। ਤੁਸੀਂ ਦੇਖ ਰਹੇ ਹਾਂ ਆਲੇ ਦੁਆਲੇ ਕਾਫੀ ਸਾਰੀ ਸ਼ੋਪਸ ਹੈਗੀਆਂ, ਪਰ ਅੱਜ ਸੰਡੇ ਆ ਤਾਂ ਕਰਕੇ ਸਾਰੀਆਂ ਸ਼ੋਪਸ ਬੰਦ ਪਈਆਂ ਨੇ, ਸਿਰਫ ਕੈਫੇ ਜਾਂ ਰੈਸਟੋਰੈਂਟ ਵਗੈਰਾ ਖੁੱਲ੍ਹੇ ਹੁੰਦੇ ਆ ਸੰਡੇ ਨੂੰ ਜਰਮਨ ਦੇ ਵਿੱਚ। ਅਤੇ ਹੁਣ ਅਸੀਂ ਆਹ ਸਟਰੀਟ ਤੋਂ 10 ਮਿੰਟ ਦੀ ਵਾਕ ਅਤੇ ਉੱਥੇ ਡਰੈਜ਼ਡਨ ਦੇ ਸਿਟੀ ਸੈਂਟਰ ਵਿੱਚ ਪਹੁੰਚ ਸਕਦੇ ਹਾਂ ਹੋਲ ਟਾਊਨ ਦੇ ਵਿੱਚ। ਅਤੇ ਉੱਥੇ ਜਾ ਕੇ ਇੱਕ ਭਾਜੀ ਨੂੰ ਮਿਲਣਾ ਆ ਜਿਹਨਾਂ ਦਾ ਨਾਮ ਹੈਗਾ ਰਾਜ, ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਮਿਲਾਊਂਗਾ। ਅਤੇ ਉਹਨਾਂ ਜੇਕਰ ਪਹਿਲਾਂ ਵੀ ਮੈਂ ਆਪਣੀ ਵੀਡੀਓ ਵਿੱਚ ਕੀਤਾ ਆ, ਇੱਕ ਦੋ ਵੀਡੀਓ ਵਿੱਚ ਉਹਨਾਂ ਦਾ ਜ਼ਿਕਰ ਕੀਤਾ ਹੋਇਆ ਆ ਅਤੇ ਉਹ ਇੱਥੇ ਡਰੈਜ਼ਡਨ ਦੇ ਵਿੱਚ ਕਾਫੀ ਸਾਲਾਂ ਤੋਂ ਰਹਿ ਰਹੇ ਆ ਅਤੇ ਉਹ ਵੀ ਅੱਜ ਸਾਨੂੰ ਥੋੜ੍ਹਾ ਬਹੁਤ ਗਾਈਡ ਕਰਨਗੇ, ਡਰੈਜ਼ਡਨ ਸ਼ਹਿਰ ਦਿਖਾਉਣਗੇ, ਤੁਹਾਨੂੰ ਸਾਰਾ ਐਕਸਪਲੋਰ ਕਰਾਂਗੇ ਡਰੈਜ਼ਡਨ ਸ਼ਹਿਰ ਅਤੇ ਕੀ ਕੁਝ ਹੈਗਾ ਦੇਖਣ ਦੇ ਲਈ। ਇੱਕ ਦਿਨ ਦੇ ਵਿੱਚ ਤੁਸੀਂ ਕੀ ਦੇ ਸਕਦੇ ਹੋ ਡਰੈਜ਼ਡਨ ਦੇ ਵਿੱਚ ਤੁਸੀਂ ਆਉਣਾ ਹੋਵੇ। ਅੱਜ ਜਿਵੇਂ ਤੁਹਾਨੂੰ ਮੈਂ ਪਹਿਲਾਂ ਕਿਹਾ ਸੀਗਾ ਵੀਡੀਓ ਦੇ ਸਟਾਰਟਿੰਗ ਦੇ ਵਿੱਚ, ਤੁਹਾਨੂੰ ਮੈਂ ਇੱਕ ਭਾਜੀ ਨਾਲ ਮਿਲਾਊਂਗਾ ਔਰ ਰਾਜ ਭਾਜੀ ਇੱਧਰ ਹੈਗੇ ਆ, ਦੱਸਿਆ ਗਾ ਜੀ ਸਭ ਤੋਂ। ਅਤੇ ਇਹ ਭਾਜੀ ਇੱਥੇ ਡਰੈਜ਼ਡਨ ਦੇ ਵਿੱਚ ਰਹਿੰਦੇ, ਤੁਹਾਨੂੰ ਦੱਸਿਆ ਸੀ ਪਹਿਲੇ ਮੈਂ ਵੀ ਇੱਥੇ ਰਹਿੰਦੇ ਨੇ ਕਾਫੀ ਸਾਲਾਂ ਤੋਂ। ਕਿੰਨਾ ਚਿਰ ਹੋ ਗਿਆ ਸਰ ਇੱਥੇ? ਮੈਂ 2013 ਦਾ ਜੀ ਇੱਥੇ, 8ਵਾਂ ਸਾਲ ਹੋ ਗਿਆ। ਹਾਂਜੀ 8 ਸਾਲ ਹੋ ਚੱਲੇ। ਹਾਂਜੀ ਅਤੇ ਹੁਣ ਅਸੀਂ ਹੈਗੇ ਹਾਂ ਇਸ ਟਾਈਮ ਡਰੈਜ਼ਡਨ ਦੀ ਜਿਹੜੀ ਓਲਡ ਟਾਊਨ ਦੀ ਓਲਡ ਮਾਰਕੀਟ ਹੈਗੀ ਹੈ ਨਾ ਇੱਥੇ, ਆਲਟ ਮਾਰਕੀਟ ਤੁਹਾਨੂੰ ਦਿਖਾ ਦਿੰਦਾ ਇੱਧਰ ਮੈਂ ਘੁਮਾ ਕੇ ਕੈਮਰਾ। ਅਤੇ ਹੈਗੀ ਆ ਉਹ ਆਲਟ ਮਾਰਕੀਟ ਕਹਿੰਦੇ ਆ ਸਾਹਮਣੇ ਜਿਹੜੀ ਆ, ਆ ਸਾਹਮਣੇ ਸਾਰੀ ਆਲਟ ਮਾਰਕੀਟ ਹੈ। ਹਾਂਜੀ ਅਤੇ ਇੱਥੇ ਕਾਫੀ ਸਾਰੀਆਂ ਜਿਹੜੇ ਰੈਸਟੋਰੈਂਟ ਵਗੈਰਾ ਫੇਮਸ ਰੈਸਟੋਰੈਂਟ ਹੈਗੇ ਆ, ਬਾਰ ਵਗੈਰਾ ਇੱਥੇ ਹੀ ਹੈਗੇ ਆ ਆਲਟ ਮਾਰਕੀਟ ਦੇ ਵਿੱਚ। ਸਾਹਮਣੇ ਲਾਇਬ੍ਰੇਰੀ ਆ, ਇੱਧਰ ਲਾਇਬ੍ਰੇਰੀ ਆ, ਸਿਟੀ ਲਾਇਬ੍ਰੇਰੀ। ਹਾਂਜੀ ਅਤੇ ਮੈਕਡੋਨਲਡ ਆ ਗਿਆ ਇੱਥੇ ਕੋਲ। ਓਕੇ ਸਾਰੇ ਜਣੇ ਕਹਿਣ ਦਾ ਭਾਵ ਵੀ ਸਾਰੇ ਜਿਹੜੇ ਫੇਮਸ ਰੈਸਟੋਰੈਂਟ ਬਾਰ ਵਗੈਰਾ ਇੱਥੇ ਆਲਟ ਮਾਰਕੀਟ ਦੇ ਵਿੱਚ ਹੀ ਹੈਗੇ ਆ ਅਤੇ ਕਾਫੀ ਸਾਰੇ ਟੂਰਿਸਟ ਇੱਥੇ ਆਉਂਦੇ ਆ, ਹਜ਼ਾਰਾਂ ਟੂਰਿਸਟ ਮੈਂ ਕਹਿੰਦਾ ਇੱਕ ਦਿਨ ਦੇ ਵਿੱਚ ਆਉਂਦੇ ਇੱਥੇ। ਅਤੇ ਕਾਫੀ ਸਾਰੀ ਭੀੜ ਹੁੰਦੀ ਹੈ, ਇਹ ਤਾਂ ਸਵੇਰ ਦਾ ਟਾਈਮ ਹੈਗਾ ਆ, ਸ਼ਾਮ ਨੂੰ ਕਾਫੀ ਸਾਰਾ ਰਸ਼ ਹੁੰਦਾ ਇੱਥੇ, ਇੱਥੇ ਮੈਨੂੰ ਲੱਗਦਾ ਬੈਠਣ ਨੂੰ ਜਗ੍ਹਾ ਵੀ ਨਹੀਂ ਹੁੰਦੀ ਹੈਗੀ। ਹਾਂਜੀ ਹਾਂਜੀ ਬਿਲਕੁਲ ਬਿਲਕੁਲ। ਹਾਂਜੀ ਹੁਣ ਆਹ ਮਾਰਕੀਟ ਲੱਗ ਰਹੀ ਆ, ਇੱਧਰ ਆ ਕ੍ਰਿਸਮਸ ਮਾਰਕੀਟ ਲੱਗ ਰਹੀ ਆ, ਹਜੇ ਇਹਨਾਂ ਨੂੰ ਹਜੇ ਤਿਆਰ ਕਰ ਰਹੇ ਮੈਨੂੰ ਲੱਗਦਾ। ਅਤੇ ਹੈਵਸ ਮਾਰਕੀਟ ਆ ਆਪਣਾ ਕਹਿ ਦਿੰਦੇ ਜਿਹੜਾ ਪਰਚਾ ਲਾਉਣ ਤੋਂ ਪਹਿਲਾਂ, ਹੈ ਨਾ? ਹਾਂਜੀ ਹਾਂਜੀ ਉਹ ਵਾਲੀ ਮਾਰਕੀਟ ਹੈ ਇਹ। ਹਾਂਜੀ ਕਰੋਨਾ ਕਰਕੇ ਵੈਸੇ ਥੋੜ੍ਹਾ ਜਿਹਾ ਘੱਟ ਲੱਗ ਰਿਹਾ, ਨਹੀਂ ਤਾਂ ਇਹ ਸਾਰੀ ਇੱਥੇ ਪੂਰੀ ਸੈਲਿੰਗ ਹੁੰਦੀ ਹੈ। ਹਾਂਜੀ ਪੂਰਾ। ਬਾਕੀ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਵੀ ਮੈਂ ਇਹਨਾਂ ਬਾਰੇ ਭਾਜੀ ਬਾਰੇ, ਇਹਨਾਂ ਨੂੰ ਕਾਫੀ ਸਮਾਂ ਹੋ ਗਿਆ, ਇਹਨਾਂ ਨੂੰ ਕਾਫੀ ਕੁਝ ਪਤਾ ਆ ਡਰੈਜ਼ਡਨ ਬਾਰੇ ਇੱਥੇ, ਅਤੇ ਅੱਜ ਭਾਜੀ ਸਾਰਾ ਕੁਝ ਸਾਨੂੰ ਦਿਖਾਉਣਗੇ ਡਰੈਜ਼ਡਨ ਵਿੱਚ ਕੀ ਹੈਗਾ ਆ, ਇਹ ਸਾਨੂੰ ਦੱਸਣਗੇ, ਲੈ ਕੇ ਜਾਣਗੇ ਜਗ੍ਹਾਵਾਂ ਡਰੈਜ਼ਡਨ ਵਿੱਚ ਜਿਹੜੀ ਹੈਗੀਆਂ ਨੇ। ਅਤੇ ਬਾਕੀ ਭਾਜੀ ਦਾ ਯੂਟਿਊਬ ਚੈਨਲ ਵੀ ਹੈਗਾ ਆ, ਇਹਨਾਂ ਦਾ ਨਾਮ ਹੈਗਾ ਆ ਦੇਸੀ ਟਰੈਵਲਿੰਗ ਜਰਮਨੀ, ਅਤੇ ਕਾਫੀ ਵਧੀਆ ਵੀਡੀਓ ਭਾਜੀ ਬਣਾਉਂਦੇ ਹੈਗੇ ਆਪਣੇ ਚੈਨਲ 'ਤੇ। ਅਤੇ ਮੈਂ ਬਾਕੀ ਇਹਨਾਂ ਦੇ ਚੈਨਲ ਦਾ ਲਿੰਕ ਆਪਣੇ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੂੰਗਾ, ਉੱਥੇ ਜਾ ਕੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ, ਇਹਨਾਂ ਦੀ ਵੀਡੀਓ ਵਾਚ ਕਰ ਸਕਦੇ ਹੋ, ਕਾਫੀ ਵਧੀਆ ਭਾਜੀ ਵੀਡੀਓ ਪਾਉਂਦੇ ਆ, ਹੈ ਨਾ? ਅਤੇ ਕੋਸ਼ਿਸ਼ ਕਰੀ ਦੀ ਆ ਜੀ। ਹਾਂਜੀ ਹਾਂਜੀ ਅਤੇ ਬਾਕੀ ਹੁਣ ਅਸੀਂ ਇੱਥੋਂ ਚੱਲਦੇ ਹਾਂ ਅੱਗੇ, ਇੱਕ ਹੋਰ ਜਗ੍ਹਾ ਹੈਗੀ ਆ ਮੈਨੂੰ ਲੱਗਦਾ। ਕਿੱਥੇ ਜਾਣਾ ਭਾਜੀ ਪਹਿਲਾਂ ਆਪਾਂ? ਆਪਾਂ ਪਹਿਲਾਂ ਗਾਰਡਨ ਦਿਖਾ ਦਿਓ ਤੁਹਾਨੂੰ। ਗਾਰਡਨ ਜੀ ਹੈ, ਕਿਹੜਾ ਗਾਰਡਨ? ਇੱਥੇ ਗੋਸੇ ਗਾਰਡਨ ਆ, ਬਹੁਤ ਵੱਡਾ ਗਾਰਡਨ ਆ, ਉਹਦੇ ਵਿੱਚ ਟ੍ਰੇਨ ਚੱਲਦੀ ਆ। ਹਾਂਜੀ ਛੋਟੀ ਟ੍ਰੇਨ ਆ, ਮਿੰਨੀ ਟ੍ਰੇਨ। ਚਲੋ ਪਹਿਲਾਂ ਆਪਾਂ ਚਲ ਉੱਥੇ ਚੱਲ ਕੇ ਦੇਖਦੇ ਹਾਂ ਨਾ ਕੀ ਹੈਗਾ ਕਿੱਦਾਂ, ਹੈ ਨਾ? ਕਿੰਨਾ ਕੁ ਟਾਈਮ ਲੱਗਣਾ ਵੈਸੇ ਇੱਥੋਂ? ਜ਼ਿਆਦਾ ਟਾਈਮ ਨਹੀਂ ਜੀ, 15 ਮਿੰਟ ਦੀ ਵਾਕ ਆ ਇੱਥੋਂ ਨਾਲ। ਅੱਛਾ 15 ਮਿੰਟ ਲੱਗਣੇ ਸਾਨੂੰ ਬਾਏ ਵਾਕ 'ਤੇ। ਬਾਕੀ ਇੱਥੋਂ ਸਾਹਮਣੇ ਉਹ ਟ੍ਰੇਨ ਵਗੈਰਾ ਮਿਲ ਜਾਂਦੀ ਹੈ, ਜੇ ਟ੍ਰੇਨ ਰਾਹੀਂ ਜਾਣਾ ਹੋਵੇ ਬੱਸ ਰਾਹੀਂ ਸਾਰਾ ਕੁਛ ਹੈਗਾ ਅਵੇਲੇਬਲ, ਪਰ ਉਹਦੀ ਟਿਕਟ ਮੈਨੂੰ ਲੱਗਦਾ ਜੇ ਤੁਸੀਂ ਲੈਣੀ ਹੋਵੇ ਇੱਕ ਜਣੇ ਦੀ 2 ਯੂਰੋ 60 ਸੈਂਟ ਪੈਂਦੀ ਆ, ਜਿੱਦਾਂ ਮੈਨੂੰ ਪਤਾ ਆ। ਅਤੇ ਬਾਕੀ
Thank you, Sean. ਐਗਜੈਕਟਲੀ 15 ਮਿੰਟ ਦੀ ਵਾਕ ਤੋਂ ਬਾਅਦ ਅਸੀਂ ਇੱਥੇ ਗਰੋਸੇ ਗਾਰਡਨ ਪਹੁੰਚੇ ਹਾਂ। ਐਕਚੁਅਲੀ ਇੱਥੇ ਗਰੋਸੇ ਗਾਰਡਨ ਦੇ ਵਿੱਚ ਛੋਟੀ ਛੋਟੀ ਟ੍ਰੇਨਾਂ ਹੈਗੀਆਂ ਨੇ, ਜਿੱਦਾਂ ਆਪਣੀਆਂ ਵੱਡੀਆਂ ਟ੍ਰੇਨਾਂ ਹੁੰਦੀਆਂ ਉਸ ਤਰ੍ਹਾਂ ਇਹਨਾਂ ਨੇ ਛੋਟੀ ਟ੍ਰੇਨਾਂ ਬਣਾਈਆਂ ਹੋਈਆਂ ਨੇ ਅਲੱਗ ਅਲੱਗ ਤਰ੍ਹਾਂ ਦੀਆਂ, ਜਿੱਥੇ ਆਪਾਂ ਆਪਣੀ ਫੈਮਿਲੀ ਨਾਲ ਆਪਣੇ ਬੱਚਿਆਂ ਨਾਲ ਇੱਥੇ ਆ ਕੇ ਇੰਜੋਏ ਕਰ ਸਕਦੇ ਹਾਂ। ਕਾਫੀ ਵੱਡੀ ਰਾਈਡ ਹੁੰਦੀ ਹੈ ਇੱਥੇ। ਆਹ ਗਾਰਡਨ ਕਾਫੀ ਵੱਡਾ ਮੇਰੇ ਹਿਸਾਬ ਨਾਲ, ਕਿ ਨਹੀਂ ਭਾਜੀ? ਹਾਂਜੀ ਹਾਂਜੀ, ਬਹੁਤ ਵੱਡਾ ਜੀ, ਬਹੁਤ ਵੱਡਾ ਪਾਰਕ ਆ ਵੀ। ਆਹ ਸਾਹਮਣੇ ਇੱਥੇ ਟ੍ਰੇਨਾਂ ਦੀ ਆ ਸਟੇਸ਼ਨ ਬਣਾਏ ਹੋਏ ਛੋਟੇ, ਅਤੇ ਇੱਥੇ ਆ ਕੇ ਟ੍ਰੇਨ ਲੈਣੀ ਹੁੰਦੀ ਹੈ। ਅਤੇ ਆਪਣੀ ਜਿਹੜੀ ਟਿਕਟ ਹੈਗੀ ਆ, ਇੱਕ ਬੰਦੇ ਦੀ 6 ਯੂਰੋ ਟਿਕਟ ਹੈਗੀ ਆ, ਜੇ ਬੱਚੇ ਟਿਕਟ ਲੈਣੀ ਆ 4 ਯੂਰੋ ਦੀ ਪੈਂਦੀ ਆ। ਬਾਕੀ ਜੇ ਫੈਮਿਲੀ ਦਾ ਪੂਰਾ ਪੈਕੇਜ ਲੈਣਾ ਹੈਗਾ ਉਹ ਸਸਤਾ ਪੈ ਜਾਂਦਾ ਆਪਾਂ ਨੂੰ। ਜੇ ਆਪਾਂ 2 ਜਣੇ ਹੈਗੇ ਹਾਂ, 3-4 ਆਪਣੇ ਬੱਚੇ ਹੈਗੇ ਨਾਲ, ਅਤੇ 12 ਯੂਰੋ ਦੀ ਟਿਕਟ ਪੈ ਜਾਂਦੀ ਹੈ ਫੈਮਿਲੀ ਟਿਕਟ। ਅਤੇ ਬਾਕੀ ਟ੍ਰੇਨ ਦੀ ਵੇਟ ਕਰਦੇ ਹਾਂ, ਇੱਥੋਂ ਆਪਾਂ ਟ੍ਰੇਨ ਆਪਣੀ ਲੈਣੀ ਹੈ ਇੱਥੇ। ਅੱਗੇ ਜਦ ਤੱਕ ਆਪਾਂ ਵੇਟ ਕਰਦੇ ਹਾਂ ਆਪਣੀ ਟ੍ਰੇਨ ਦੀ ਇੱਥੇ, ਅਤੇ ਭਾਅ ਜੀ ਮੈਨੂੰ ਦੱਸ ਰਹੇ ਸੀ ਕਿ ਇੱਧਰ ਬਿਲਕੁਲ ਆ ਜਿਹੜਾ ਇੱਥੇ ਪਾਰਕ ਹੈਗਾ, ਇਹਦੇ ਸਾਹਮਣੇ ਆਹ ਵੋਲਸਵੈਗ ਕੰਪਨੀ ਦੀ ਬ੍ਰਾਂਚ ਹੈਗੀ ਆ, ਜਿੱਥੇ ਕਿ ਪੁਰਾਣੇ ਆਪਣੇ ਪੁਰਾਣੇ ਕਿਹਾ ਤਾਂ ਜਿਹਦੇ ਗੱਡੀਆਂ ਦੇ ਪਾਰਟ ਆਉਂਦੇ ਆ, ਪਾਰਟ ਆਉਂਦੇ ਅਤੇ ਇੱਥੇ ਮੈਨੂਫੈਕਚਰਿੰਗ ਹੁੰਦੀ ਹੈ, ਕੰਸਟਰਕਸ਼ਨ ਇੱਥੇ ਹੁੰਦੀ ਹੈ। ਹਾਂ, ਇੱਥੇ ਬਣਾਉਂਦੇ, ਯਾਨੀ ਕਿ ਜਿਹੜੇ ਵੋਲਸਵੈਗ ਨੂੰ ਤੁਹਾਨੂੰ ਪਤਾ ਹੋਣਾ ਵੀ ਇਹ ਜਰਮਨ ਦੀ ਕੰਪਨੀ ਹੈਗੀ ਆ, ਅਤੇ ਆਹ ਡਰੈਜ਼ਨ ਦੇ ਵਿੱਚ ਹੀ ਆਪਣਾ ਇੱਥੇ ਤਿਆਰ ਹੁੰਦੀ, ਸਾਰੇ ਪਾਰਟ ਆਉਂਦੇ ਅਤੇ ਤਿਆਰ ਕਰਕੇ ਅੱਗੇ ਕਾਰ ਅਸੈਂਬਲ ਹੁੰਦੀ ਸਾਰੀ। ਅਤੇ ਬਾਕੀ ਆਹ ਟ੍ਰੇਨ, ਆਹ ਛੋਟੀ ਟ੍ਰੇਨਾਂ ਨੇ, ਅਤੇ ਇਹਦੇ ਵਿੱਚ ਹੁਣ ਆਪਾਂ ਬਹਿ ਕੇ ਜਾਣਾ ਆ। ਬਾਕੀ ਫੈਮਿਲੀ ਨਾਲ ਇੰਜੋਏਮੈਂਟ ਕਰਨਾ ਹੋਵੇ, ਕਾਫੀ ਵਧੀਆ ਜਗ੍ਹਾ ਹੈਗੀ ਹੈ ਆਪਣੇ ਬੱਚਿਆਂ ਨੂੰ ਘੁਮਾਉਣਾ ਹੋਵੇ। ਅਤੇ ਟ੍ਰੇਨ ਕਾਫੀ ਛੋਟੀ ਹੈ ਵੈਸੇ, ਇੱਥੇ 2 ਬੰਦੇ ਬਹਿ ਸਕਦੇ ਆ, ਪਰ ਹੁਣ ਕਰੋਨਾ ਟਾਈਮ ਚੱਲਦਾ। ਮਾਰਤਾ ਹੁਣੀ ਪਿੱਛੇ ਬੈਠੇ, ਮਾਰਤਾ ਅਤੇ ਵਿਕਟੋਰੀਆ, ਅਤੇ ਅਸੀਂ ਅੱਗੇ ਬੈਠੇ, ਮੈਂ ਅਤੇ ਭਾਅ ਜੀ ਇੱਧਰ ਬੈਠੇ ਹਾਂ। ਅਤੇ ਕਾਫੀ ਛੋਟੀ ਜਗ੍ਹਾ ਹੈਗੀ ਹੈ, ਪਰ ਬੈਟਰ ਆ ਵੀ ਕਰੋਨਾ ਕਰਕੇ ਥੋੜ੍ਹਾ ਜਿਹਾ ਡਿਸਟੈਂਸ ਰੱਖਿਆ ਜਾਵੇ, ਉਹਦਾ ਧਿਆਨ ਵੀ ਰੱਖਣਾ ਜ਼ਰੂਰੀ ਹੈਗਾ ਆ। ਇੱਥੇ ਛੋਟੇ ਛੋਟੇ ਸਟੇਸ਼ਨ ਬਣਾਏ ਹੋਏ ਹੈ ਇਹਨਾਂ ਨੇ, ਜਿੱਦਾਂ ਕਿ ਪੂਰੀ ਰਿਐਲਿਟੀ ਵਾਂਗੂ ਬਣਾਇਆ ਹੋਇਆ, ਵੀ ਹਾਂ ਵੀ ਫੀਲਿੰਗ ਦਿੱਤੀ ਹੋਈ ਹੈ, ਵੀ ਪਤਾ ਲੱਗੇ ਵੀ ਸੱਚੀ ਦੇ ਸਟੇਸ਼ਨ ਹੈਗੇ ਆ। ਅਤੇ ਆਹ ਛੋਟੇ ਛੋਟੇ ਸਟੇਸ਼ਨ ਆ ਇੱਥੇ, ਅਤੇ ਇੱਧਰਲੇ ਪਾਸੇ ਹੈਗੀ ਆ ਇਹ ਡਰੈਜ਼ਨ ਦੀ ਜੂ, ਪਰ ਮੇਰੇ ਖਿਆਲ ਵਿੱਚ ਆਪਾਂ ਅੱਜ ਨਹੀਂ ਜਾਵਾਂਗੇ ਡਰੈਜ਼ਨ ਦੀ ਜੂ ਦੇ ਵਿੱਚ, ਦੇਖਾਂਗੇ ਟਾਈਮ ਦੇ ਹਿਸਾਬ ਨਾਲ, ਜੇ ਟਾਈਮ ਲੱਗਿਆ ਜ਼ਰੂਰ ਜਾਵਾਂਗੇ। ਅਤੇ ਇਹਨਾਂ ਦੇ ਛੋਟੀ ਟ੍ਰੇਨਾਂ ਵਾਂਗੂ ਛੋਟੇ ਛੋਟੇ ਆ ਕੰਡਕਟਰ ਵੀ ਹੈਗੇ ਆ, ਚੈੱਕਰ ਵੀ ਹੈਗੇ ਆ ਇਹਨਾਂ ਦੇ ਟ੍ਰੇਨਾਂ ਦੇ ਵਿੱਚ, ਜਿੱਦਾਂ ਆਪਣੀਆਂ ਵੱਡੀਆਂ ਟ੍ਰੇਨਾਂ ਦੇ ਵਿੱਚ ਵੱਡੇ ਕੰਡਕਟਰ ਅਤੇ ਚੈੱਕਰ ਹੁੰਦੇ ਆ ਉਸੇ ਤਰ੍ਹਾਂ। ਅਤੇ ਆਹ ਸਟੇਸ਼ਨ ਵਾਲੀ ਫੀਲਿੰਗ ਪੂਰੀ ਦਿੱਤੀ ਹੋਈ ਹੈ ਇੱਥੇ। ਇੱਕ ਬਹੁਤ ਵੱਡਾ ਪਾਰਕ ਹੈਗਾ ਆ, ਜਿੱਥੇ ਕਾਫੀ ਸਟੇਸ਼ਨ ਬਣਾਏ ਹੋਏ ਆ ਪਾਰਕ ਦੇ ਵਿੱਚ, ਕਿਉਂਕਿ ਲੋਕ ਇੱਥੇ ਵਾਕ ਕਰਦੇ ਹੈਗੇ ਆ ਪਾਰਕ ਦੇ ਵਿੱਚ, ਘੁੰਮਦੇ ਫਿਰਦੇ। ਆਪਾਂ ਕਿਸੇ ਵੀ ਸਟੇਸ਼ਨ ਤੋਂ ਆਪਾਂ ਟਿਕਟ ਲੈ ਕੇ ਆ ਟ੍ਰੇਨ 'ਚ ਬਹਿ ਸਕਦੇ ਹਾਂ, ਇੰਜੋਏ ਕਰ ਸਕਦੇ ਹਾਂ ਪੂਰੇ ਪਾਰਕ ਦੀ ਸੈਰ। Thank you.
ਬਾਕੀ ਜਿੱਥੋਂ ਅਸੀਂ ਚੱਲੇ ਸੀਗੇ ਟ੍ਰੇਨ 'ਚ ਬੈਠੇ ਸੀਗੇ ਉੱਥੇ ਤਾਂ ਦੁਬਾਰਾ ਅਸੀਂ ਪਹੁੰਚ ਗਏ ਹਾਂ। ਅੱਧਾ ਘੰਟਾ ਲੱਗੇ ਸਾਨੂੰ। ਬਹੁਤ ਵੱਡਾ ਪਾਰਕ ਹੈਗਾ, ਗਰੋਸੇ ਗਾਰਡਨ ਹੈਗਾ ਇਹ। ਗਰੋਸੇ ਗਾਰਡਨ ਮਤਲਬ ਹੁੰਦਾ ਵੀ ਵੱਡਾ ਗਾਰਡਨ, ਕਾਫੀ ਵੱਡਾ ਸੀ। ਅੱਧਾ ਘੰਟਾ ਲੱਗ ਗਿਆ ਸਾਨੂੰ ਅਪਰੋਕਸੀਮੇਟਲੀ ਪੂਰੀ ਰਾਈਡ ਦੇ ਲਈ। ਕਾਫੀ ਨਜ਼ਾਰਾ ਆਇਆ ਮਿੰਨੀ ਟ੍ਰੇਨ ਦੇ ਵਿੱਚ। ਗਰੋਸੇ ਗਾਰਡਨ ਤੋਂ ਆਉਣ ਤੋਂ ਬਾਅਦ ਅਸੀਂ ਦੁਬਾਰਾ ਤੋਂ ਓਲਡ ਟਾਊਨ ਦੇ ਵਿੱਚ ਅਲਟ ਮਾਰਕੀਟ ਦੇ ਵਿੱਚ ਆ ਗਏ ਹਾਂ, ਕਿਉਂਕਿ ਸਾਨੂੰ ਥੋੜ੍ਹੀ ਭੁੱਖ ਲੱਗ ਰਹੀ ਸੀ। ਪਹਿਲਾਂ ਸੋਚਿਆ ਸੀ ਪਹਿਲਾਂ ਖਾ ਪੀ ਲਈ ਕੁਛ, ਕਿਉਂਕਿ ਹੁਣ ਆਫਟਰਨੂਨ ਦਾ ਟਾਈਮ ਹੈਗਾ, ਲੰਚ ਟਾਈਮ ਹੈਗਾ ਆ, ਤਾਂ ਕਰਕੇ ਅਸੀਂ ਤੁਹਾਨੂੰ ਖਾਣ ਪੀਣ ਆਏ ਹਾਂ। ਅਤੇ ਇੱਥੇ ਜਰਮਨ ਦੇ ਵਿੱਚ ਦੋ ਸਭ ਤੋਂ ਜ਼ਿਆਦਾ ਫੇਮਸ ਫੂਡ ਹੈਗੇ ਨੇ, ਇੱਕ ਤਾਂ ਕਰੀ ਵੂਸਟ ਹੋ ਗਿਆ ਅਤੇ ਦੂਜਾ ਹੋ ਗਿਆ ਇੱਥੇ ਦਾ ਡੋਨਰ। ਤੁਹਾਨੂੰ ਡੋਨਰ ਸ਼ੌਪ ਤੁਹਾਨੂੰ ਹਰ ਸਟਰੀਟ ਦੇ ਵਿੱਚ ਮਿਲ ਜਾਣਗੀਆਂ। ਪਰ ਅੱਜ ਅਸੀਂ ਡੋਨਰ ਜਾਂ ਕਰੀ ਵੂਸਟ ਨਹੀਂ ਖਾਣਾ ਹੈ। ਅੱਜ ਅਸੀਂ ਇੱਥੇ ਇੱਕ ਫੇਮਸ ਰੈਸਟੋਰੈਂਟ ਹੈਗਾ ਆ ਅਲਟ ਮਾਰਕੀਟ ਦੇ ਵਿੱਚ, ਜਿਹਦਾ ਨਾਂ ਕਿ ਇੱਕ ਬੀਅਰ ਦੇ ਨਾਂ 'ਤੇ ਰੱਖਿਆ ਹੋਇਆ ਆ। ਅਤੇ ਇੱਥੇ ਤੁਹਾਨੂੰ ਸਾਰਾ ਕੁਛ, ਮਤਲਬ ਜੇ ਤੁਸੀਂ ਆਪਣਾ ਮੀਟ ਖਾਣ ਦੇ ਸ਼ੌਕੀਨ ਹੈਗੇ ਹੋ, ਨੋਨ ਵੈਜ ਜਾਂ ਫਿਰ ਵੈਜੀਟੇਰੀਅਨ ਹੋਵੇ, ਤੁਹਾਨੂੰ ਸਾਰਾ ਕੁਝ ਇੱਥੇ ਅਵੇਲੇਬਲ ਹੈਗਾ ਆ। ਤੁਸੀਂ ਕੋਈ ਵੀ ਫੂਡ ਆਪਣਾ ਚੂਜ਼ ਕਰ ਸਕਦੇ ਹੋ। ਅਤੇ ਇਹਨਾਂ ਦੇ ਪ੍ਰਾਈਜ਼ ਵੀ ਬਹੁਤ ਵਧੀਆ ਹੈਗਾ, ਮੇਰੇ ਹਿਸਾਬ ਨਾਲ ਸਭ ਤੋਂ ਬੈਸਟ ਰੈਸਟੋਰੈਂਟ ਹੈਗਾ ਆ। ਬਾਕੀ ਸਾਨੂੰ ਮੈਂ ਥੋੜ੍ਹਾ ਜਿਹਾ ਅੰਦਰ ਦੇ ਸ਼ੋਟ ਵੀ ਦਿਖਾਊਂਗਾ ਵੀ ਕਿੱਦਾਂ ਦਾ ਇਹ ਰੈਸਟੋਰੈਂਟ ਲੱਗਦਾ ਆ। ਅਤੇ ਇਹਨਾਂ ਦੀ ਜਿਹੜੀ ਡਰੈਸਸ ਹੈਗੀਆਂ ਆ ਸਰਵਿਸ ਵਾਲਿਆਂ ਦੀਆਂ, ਉਹ ਵੀ ਟ੍ਰੈਡੀਸ਼ਨ ਹੈਗੀਆਂ ਜਿਹੜੀਆਂ ਜਰਮਨੀ ਡਰੈਸਸ ਹੈਗੀਆਂ ਨੇ। ਅੱਜ ਅਸੀਂ ਕੁਛ ਡਿਫਰੈਂਟ ਟਰਾਈ ਕਰਨਾ ਚਾਹੁੰਦੇ ਸੀ, ਇਸ ਲਈ ਅਸੀਂ ਇੱਥੇ ਆਹ ਐਂਟੇ ਕਹਿੰਦੇ ਇਹਨੂੰ, ਡੱਕ ਕਹਿੰਦੇ ਆ, ਉਹ ਔਡਰ ਕੀਤੀ ਆ। ਅਤੇ ਕਾਫੀ ਸੋਹਣੀ ਡੈਕੋਰੇਸ਼ਨ ਆ, ਦੇਖੋ ਇਹ ਡੱਕ ਹੈਗੀ ਆ ਅਤੇ ਉੱਪਰ ਇਹਨਾਂ ਨੇ ਔਰੇਂਜ ਰੱਖੇ ਹੋਏ ਆ ਡੈਕੋ ਦੇ ਵਾਸਤੇ, ਡੈਕੋਰੇਸ਼ਨ ਦੇ ਵਾਸਤੇ। ਅਤੇ ਇਹ ਹੈਗੇ ਆ ਆਪਣੇ ਆਲੂਆਂ ਦੇ ਬਣੇ ਹੋਏ ਆ, ਕਨੂਡਲ ਕਹਿੰਦੇ ਇਹਨੂੰ, ਅਤੇ ਉਹ ਬਣੇ ਹੋਏ ਆ। ਮੈਂ ਅਤੇ ਮਾਰਤ ਨੇ ਦੋਨਾਂ ਨੇ ਐਂਟੇ ਔਡਰ ਕੀਤੇ ਆ, ਮੀਨ ਡੱਕ ਔਡਰ ਕੀਤੀ ਆ। ਅਤੇ ਵਿਕਟੋਰੀਆ ਨੇ ਇੱਧਰ ਫਰਾਈਡ ਫਿਸ਼ ਔਡਰ ਕੀਤੀ ਆ। ਲੰਚ ਅਸੀਂ ਕਰ ਲਿਆ, ਬਹੁਤ ਵਧੀਆ ਉੱਥੇ ਦਾ ਜਿਹੜਾ ਫੂਡ ਸੀਗਾ ਬਹੁਤ ਵਧੀਆ ਸੀਗਾ ਅਤੇ ਕਾਫੀ ਟੇਸਟੀ ਸੀਗਾ। ਅਤੇ ਇੱਧਰ ਤੁਹਾਨੂੰ ਦਿਖਾਉਂਦਾ ਮੈਂ, ਇੱਧਰ ਹੈਗੀ ਹੈ ਬੱਸ ਟੂਰ ਹੈਗੇ ਆ, ਇੱਥੇ ਟਿਕਟਾਂ ਵਗੈਰਾ ਮਿਲ ਜਾਣ ਤੁਹਾਨੂੰ ਹਰ ਸਟਰੀਟ ਦੇ ਵਿੱਚ। ਇੱਦਾਂ ਦੀਆਂ ਜਿਹੜੀਆਂ ਹੈ ਸਟੋਲ ਜਿਹੇ ਮਿਲ ਜਾਣਗੇ ਜਿੱਥੋਂ ਤੁਹਾਨੂੰ ਬੱਸ ਟਿਕਟ ਮਿਲ ਜਾਂਦੀ ਆ। ਜੇ ਤੁਸੀਂ ਬੱਸ ਰਾਹੀਂ ਆਪਣਾ ਸਿਟੀ ਟੂਰ ਕਰਨਾ ਚਾਹੁੰਦੇ ਹੋ ਅਤੇ ਸਾਰੇ ਕਿਤੇ ਤੁਹਾਨੂੰ ਸਿਟੀ ਵਿੱਚ ਘੁੰਮਾਉਂਦੇ ਇਹ ਬੱਸ ਰਾਹੀਂ। ਅਤੇ ਇਹਦੀ ਜੋ ਟਿਕਟ ਹੈਗੀ ਆ ਇੱਕ ਦਿਨ ਦੀ ਪੂਰੀ 20 ਯੂਰੋ ਹੈਗੀ ਆ ਇੱਕ ਜਣੇ ਦੀ। ਅਤੇ ਤੁਸੀਂ ਸਾਰਾ ਕਿਤੇ ਦੇਖ ਸਕਦੇ ਹੋ ਜਿਹੜੀਆਂ ਹਿਸਟੋਰੀਕਲ ਪਲੇਸਿਸ ਹੈਗੀਆਂ ਬੱਸ ਵਿੱਚ ਬਹਿ ਕੇ। ਡਰੈਜ਼ਨ ਦੇ ਓਲਡ ਟਾਊਨ ਦੇ ਵਿੱਚ ਇਹ ਸਭ ਤੋਂ ਫੇਮਸ ਜਿਹੜੀ ਬਿਲਡਿੰਗ ਹੈਗੀ ਆ ਜਿੱਥੇ ਕਾਫੀ ਸਾਰੇ ਟੂਰਿਸਟ ਵਿਜਿਟ ਕਰਦੇ ਇਹਦੇ ਅੰਦਰ ਆ ਕੇ। ਅਤੇ ਇਹਦਾ ਨਾਮ ਹੈਗਾ ਆ ਫਰਾਉਨ ਕਿਰਸੇ, ਮਤਲਬ ਕਿ ਇਹ ਚਰਚ ਆਫ ਅਵਰ ਲੇਡੀ। ਕਾਫੀ ਸੋਹਣੀ ਬਿਲਡਿੰਗ ਹੈਗੀ ਆ। ਅਤੇ ਜਦੋਂ ਵਰਲਡ ਵਾਰ ਸੈਕਿੰਡ ਹੋਈ ਸੀ ਉਦੋਂ ਕਾਫੀ ਸਾਰਾ ਹਿੱਸਾ ਜਿਹੜਾ ਸੀਗਾ ਡਰੈਜ਼ਨ ਦਾ ਡਿਸਟਰੋਏ ਕਰਤਾ ਸੀਗਾ, ਪਰ ਜਿਹੜਾ ਇਹ ਬਿਲਡਿੰਗ ਆ ਦੁਬਾਰਾ ਇਹਨਾਂ ਨੂੰ ਰੀਸਟੋਰ ਕਰਕੇ ਸੇਮ ਟੂ ਸੇਮ ਉਸ ਤਰ੍ਹਾਂ ਬਣਾਇਆ। ਅਤੇ ਇੱਥੇ ਕਾਫੀ ਸਾਰੇ ਮਤਲਬ ਮਿਊਜ਼ਿਕ ਕੰਸਰਟ ਵਗੈਰਾ ਹੁੰਦੇ ਆ ਇੱਧਰਲੇ ਪਾਸੇ ਹੈਗਾ ਆ, ਜਿੱਥੇ ਸ਼ਾਮ ਨੂੰ ਕੰਸਰਟ ਹੋਣਾ ਆ। ਬਾਕੀ ਚਰਚ ਦੇ ਅੰਦਰ ਆਪਾਂ ਜੇ ਵਿਜਿਟ ਕਰਨਾ ਹੋਵੇ ਫਰਾਉਨ ਕਿਰਸੇ ਚਰਚ ਆਫ ਅਵਰ ਲੇਡੀ ਦੇ ਅੰਦਰ, ਅਤੇ ਇੱਥੇ ਲਾਈਨ ਕਾਫੀ ਵੱਡੀ ਲੱਗੀ ਹੋਈ ਆ, ਅੱਜ ਵੇਟ ਕਰਨਾ ਪੈਣਾ। ਇਹਦੀ ਟਿਕਟ ਵੀ ਹੈਗੀ ਆ, ਮੈਨੂੰ ਲੱਗਦਾ ਜ਼ਿਆਦਾ ਟਿਕਟ ਨਹੀਂ ਹੈਗੀ, ਸਸਤੀ ਹੈਗੀ ਆ, ਪਰ ਅੱਜ ਐਤਵਾਰ ਹੋਣ ਕਰਕੇ ਕਾਫੀ ਸਾਰੀ ਭੀੜ ਹੈਗੀ ਆ ਅਤੇ ਵੇਟ ਕਰਨਾ ਪੈਣਾ। ਇੰਨਾ ਟਾਈਮ ਆਪਣੇ ਕੋਲ ਹੈ ਨਹੀਂ ਵੇਟ ਕਰਨ ਵਾਲਾ। ਅਤੇ ਮੈਨੂੰ ਵੈਸੇ ਵੀ ਸ਼ੌਂਕ ਨਹੀਂ ਹੈਗਾ ਅੰਦਰ ਜਾ ਕੇ ਵਿਜ਼ਿਟ ਕਰਨ ਦਾ, ਕਿਉਂਕਿ ਚਰਚ ਦੇ ਅੰਦਰ ਉਹੀ ਸੇਮ ਚੀਜ਼ਾਂ ਹੁੰਦੀਆਂ ਹਰ ਕਿਤੇ। ਅਤੇ ਅਸੀਂ ਜਿਹੜਾ ਆਹ ਸਟਰੀਟ ਹੈਗਾ ਆ ਚਰਚ ਦੇ ਸਾਹਮਣੇ, ਤੁਹਾਨੂੰ ਇੱਦਾਂ ਦੀਆਂ ਰਿਕਸ਼ਾ ਵਗੈਰਾ ਮਿਲ ਜਾਂਦੇ ਨੇ ਅਤੇ ਜਿਹੜੇ ਤੁਹਾਨੂੰ ਸਿਟੀ ਘੁੰਮਾਉਂਦੇ ਨੇ, ਜ਼ਿਆਦਾ ਕੋਸਟਲੀ ਨਹੀਂ ਹੈਗੇ। ਅਤੇ ਘੋੜੇ ਗੱਡੀਆਂ ਵੀ ਇੱਥੇ ਹੈਗੇ ਨੇ, ਕਾਫੀ ਸਾਰੇ ਘੋੜੇ ਗੱਡੀਆਂ ਇਸ ਜਗ੍ਹਾ ਦੇ ਉੱਪਰ। ਜੇ ਆਪਾਂ ਉਹੀ ਪੁਰਾਣੇ ਸਮੇਂ ਵਾਲਾ ਮਾਹੌਲ ਜਿਹਾ ਫੀਲ ਕਰਨਾ ਹੋਵੇ ਤਾਂ ਆਪਾਂ ਘੋੜੇ ਗੱਡੀਆਂ ਵਿੱਚ ਬਹਿ ਕੇ ਕਰ ਸਕਦੇ ਹਾਂ। ਉਹਦੀ ਟਿਕਟ ਜਿਹੜੀ ਹੈਗੀ ਆ 15 ਕੁ ਯੂਰੋ ਹੈਗੀ ਆ, 25 ਕੁ ਮਿੰਟ ਇਹ ਘੁੰਮਾਉਂਦੇ ਆ ਇੱਥੇ ਗਲੀਆਂ ਦੇ ਵਿੱਚ। ਅਤੇ ਜਿਹੜੇ ਆਹ ਓਲਡ ਟਾਊਨ ਵਾਲੀਆਂ ਗਲੀਆਂ ਨੇ ਕਾਫੀ ਸਾਰੀਆਂ ਪੁਰਾਣੀਆਂ ਨੇ। ਅਤੇ ਇਹ ਜਿਹੜੀਆਂ ਬਿਲਡਿੰਗਾਂ ਹੈਗੀਆਂ ਇੱਕ ਰਾਜੇ ਵੱਲੋਂ ਬਣਾਈਆਂ ਗਈਆਂ ਸੀਗੀਆਂ ਉਸ ਟਾਈਮ ਦੇ ਵਿੱਚ, ਜਿਹਦਾ ਨਾਮ ਸੀਗਾ ਫੇਦਰਿਕ ਔਗੁਸਤੇ। ਅਤੇ ਉਹਨੇ ਬਣਾਈਆਂ ਸੀਗੀਆਂ ਇਹ ਸਾਰੇ, ਉਹਨੇ ਯੂਰਪ ਦੇ ਵਿੱਚੋਂ ਜਿਹੜੇ ਫੇਮਸ ਆਰਟਿਸਟ ਸੀਗੇ, ਜਿਹੜੇ ਪੇਂਟਰ ਸੀਗੇ, ਆਰਕੀਟੈਕਟ, ਇਕੱਠੇ ਕਰਕੇ ਇੱਥੇ ਉਹਨਾਂ ਨੂੰ ਆਹ ਜਿਹੜੀ ਸਿਟੀ ਨੂੰ ਬਿਲਡ ਕੀਤਾ ਸੀਗਾ। ਬਹੁਤ ਹੀ ਸੋਹਣੀ ਸਿਟੀ ਬਣਾਈ ਸੀਗੀ, ਤੁਸੀਂ ਦੇਖ ਰਹੇ ਹੋ ਬਹੁਤ ਸੋਹਣੀ ਸੋਹਣੀ ਬਿਲਡਿੰਗਾਂ ਸਾਰੀਆਂ ਲੋਕਾਂ ਬਣਾਈਆਂ ਗਈਆਂ ਸੀਗੀਆਂ। ਅਤੇ ਜਦੋਂ ਵਰਲਡ ਵਾਰ ਦੂਜੀ ਸੈਕਿੰਡ ਹੋਈ ਆ ਉਤੋਂ ਉਸ ਟਾਈਮ ਜਿਹੜੇ ਸੀਗੇ US ਆਰਮੀ ਅਤੇ ਇੰਗਲੈਂਡ ਆਰਮੀ, ਉਹਨਾਂ ਨੇ ਇੱਥੇ ਬਹੁਤ ਸਾਰੀ ਬੰਬਿੰਗ ਕੀਤੀ ਅਤੇ ਕਾਫੀ ਸਾਰੀਆਂ ਬਿਲਡਿੰਗਾਂ ਸਾਰੀਆਂ ਆਲਮੋਸਟ ਡਿਸਟਰੋਏ ਕਰਤਾ ਸ਼ਹਿਰ। 25,000 ਲੋਕ ਉਦੋਂ ਮਾਰੇ ਗਏ ਸੀ ਬੰਬਿੰਗ ਦੇ ਵਿੱਚ ਉਸ ਟਾਈਮ, ਕਿਉਂਕਿ ਉਹ ਇਹ ਜਿਹੜਾ ਜਗ੍ਹਾ ਸੀਗੀ ਡਰੈਜ਼ਨ ਦੀ ਇਹ ਕਾਫੀ ਖੂਬਸੂਰਤ ਸੀਗੀ ਅਤੇ ਇਹਨੂੰ ਸਾਰਿਆਂ ਨੂੰ ਇਹ ਢਾਉਣਾ ਚਾਹੁੰਦੇ ਸੀ, ਇਸ ਲਈ ਸਾਰਾ ਕੁਛ ਇਹਨਾਂ ਨੇ ਬੰਬਿੰਗ ਨੂੰ ਆਲਮੋਸਟ ਖਤਮ ਕਰਤਾ ਸੀਗਾ। ਪਰ ਜਿਹੜਾ ਜਰਮਨ ਹੈਗੀ ਆ, ਜਰਮਨ ਨੇ ਆਪਣੇ ਦੁਬਾਰਾ ਇਹ ਨਾ ਬਿਲਡਿੰਗਾਂ ਨੂੰ ਰੀਸਟੋਰ ਕਰਕੇ ਉਸੇ ਤਰ੍ਹਾਂ ਦੁਬਾਰਾ ਬਣਾਇਆ ਆ। ਇੱਥੇ ਆ ਕੇ ਕਾਫੀ ਸੋਹਣਾ ਲੱਗਦਾ ਆ ਮਾਹੌਲ, ਕਾਫੀ ਪੁਰਾਣਾ ਆ ਜਿੱਦਾਂ ਹੁੰਦਾ ਸੀਗਾ
ਬਿਲਡਿੰਗਾਂ ਹੁੰਦੀਆਂ ਸੀਗੀਆਂ। ਮੈਂ ਸੋਚਦਾ ਸੀਗਾ ਵੀ ਹਾਂ ਜਿੱਦਾਂ ਆਪਾਂ ਪੁਰਾਣੀਆਂ ਫਿਲਮਾਂ ਦੇਖਦੇ ਹੁੰਦੇ ਸੀਗੇ 1970-80 ਵਾਲੀਆਂ, ਉਹਦੇ ਵਿੱਚ ਇੱਦਾਂ ਦੇ ਮਾਹੌਲ ਹੁੰਦੇ। ਸਾਨੂੰ ਦਿਖਾਉਂਦਾ ਮੈਂ ਇੱਧਰਲੇ ਪਾਸੇ ਅੱਜ ਗਾਵਾਂ ਕੀ ਮਾਹੌਲ ਹੋਣਾ ਉਸ ਟਾਈਮ ਦੇ ਵਿੱਚ ਜਦੋਂ ਇੱਥੇ ਘੋੜੇ ਗੱਡੀਆਂ ਚੱਲਦੀਆਂ ਹੋਣੀਆਂ ਆ ਅਤੇ ਲੋਕ ਪੈਦਲ ਜਾਂਦੇ ਸੀਗੇ। ਬਹੁਤ ਸਾਰਾ ਕੁਛ ਸੰਭਾਲ ਕੇ ਰੱਖਿਆ ਹੋਇਆ ਨੇ ਆਪਣੀ ਹਿਸਟਰੀ ਦਾ। ਆਲਰੇਡੀ ਤੁਸੀਂ ਦੇਖ ਰਹੇ ਹੋ ਹਿਸਟੋਰੀਕਲ ਬਿਲਡਿੰਗਸ, ਇਹੋ ਇਸੇ ਰਾਜੇ ਵੱਲੋਂ ਬਣਾਈਆਂ ਸੀਗੀਆਂ ਜੋ ਤੁਹਾਨੂੰ ਦੱਸਿਆ ਸੀ ਪਹਿਲਾਂ ਵੀ ਮੈਂ, ਤੁਸੀਂ ਰਾਜੇ ਵੱਲੋਂ ਬਣਾਈਆਂ ਗਈਆਂ ਨੇ। ਅਤੇ ਇੱਥੇ ਆਹ ਬਰੂਹਲ ਟੈਰਿਸ ਕਹਿੰਦੇ ਆ ਇਹਨੂੰ, ਅਤੇ ਇੱਥੇ ਕਾਫੀ ਸਾਰੇ ਲੋਕ ਜਿਹੜੇ ਹੈਗੇ ਆ ਵਿਜ਼ਿਟ ਕਰਦੇ ਹੈਗੇ ਆ, ਸਵੇਰੇ ਸ਼ਾਮ ਨੂੰ ਦੁਪਹਿਰ ਨੂੰ ਬਹੁਤ ਸਾਰੇ, ਰਾਤ ਨੂੰ ਸਮਾਂ ਕੇ ਹੋਰ ਨਜ਼ਾਰਾ ਆਉਂਦਾ ਆ। ਇਹ ਸਾਰੀਆਂ ਆਲੇ ਦੁਆਲੇ ਸਾਰੇ ਰਾਊਂਡ ਹਿਸਟੋਰੀਕਲ ਬਿਲਡਿੰਗ ਹੈਗੀਆਂ ਨੇ। ਅਤੇ ਇੱਧਰਲੇ ਪਾਸੇ ਆਹ ਰਿਵਰ ਹੈਗੀ ਆ ਜਿਹੜਾ ਓਲਡ ਟਾਊਨ ਹੈਗਾ ਆ, ਆ ਜਿੱਥੇ ਆਹ ਸੜਕ ਜਾਂਦੀ ਹੈ ਤੱਕ ਓਲਡ ਟਾਊਨ ਆ। ਗੱਬੇ ਬ੍ਰਿਜ ਹੈਗਾ ਆ, ਬ੍ਰਿਜ ਪਾਰ ਕਰਨ ਤੋਂ ਬਾਅਦ ਉਹ ਪਰਲੇ ਪਾਸੇ ਹੈਗਾ ਆ ਨਿਊ ਟਾਊਨ, ਉੱਧਰ ਵੀ ਬਾਅਦ ਚੱਲਾਂਗੇ। ਅਤੇ ਇੱਧਰ ਆਹ ਰਿਵਰ ਦੇ ਵਿੱਚ ਤੁਹਾਨੂੰ ਵੱਡੇ ਵੱਡੇ ਸ਼ਿਪਸ ਮਿਲ ਜਾਂਦੇ, ਕਾਫੀ ਸਾਰੇ ਸ਼ਿਪਸ ਹੈਗੇ ਨੇ, ਅਤੇ ਟਿਕਟ ਵਗੈਰਾ ਮਿਲ ਜਾਂਦੀ ਹੈ, ਰਾਈਡ ਕਰਦੇ ਲੋਕ ਇੱਥੇ ਬਹਿ ਕੇ, ਇੱਕ ਘੰਟੇ ਦੀ ਰਾਈਡ ਹੈਗੀ ਆ। ਅਤੇ ਇੱਥੇ ਬਹੁਤ ਸੋਹਣਾ ਟੈਰਿਸ 'ਤੇ ਜਾ ਕੇ ਬਹੁਤ ਸੋਹਣਾ ਵਿਊ ਆਉਂਦਾ ਆ, ਬਹੁਤ ਸੋਹਣਾ ਲੱਗਦਾ ਆ। ਅਤੇ ਆਹ ਬਿਲਡਿੰਗਾਂ ਸਾਰੀਆਂ ਕਾਫੀ ਸਾਰੀਆਂ ਡਿਸਟਰੋਏ, ਤੁਹਾਨੂੰ ਦੱਸਿਆ ਸੀ ਪਹਿਲਾਂ ਵੀ ਮੈਂ, ਡਿਸਟਰੋਏ ਹੋ ਗਈਆਂ ਸੀਗੀਆਂ ਜਦੋਂ ਵਰਲਡ ਵਾਰ ਸੈਕਿੰਡ ਹੋਈ ਸੀ। ਦੁਬਾਰਾ ਤੋਂ ਰੀਸਟੋਰ ਕਰਕੇ ਸਾਰਾ ਇਹਨਾਂ ਨੇ ਉਸੇ ਤਰ੍ਹਾਂ ਦਾ ਨਵਾਂ ਸਟਰਕਚਰ ਤਿਆਰ ਕੀਤਾ ਆ, ਅਤੇ ਕਾਫੀ ਸੋਹਣਾ ਵਿਊ ਆਉਂਦਾ ਜੇ ਆਪਾਂ ਇੱਥੇ ਖੜ੍ਹ ਕੇ ਦੇਖੀਏ ਤਾਂ। ਸਾਰੀਆਂ ਬਿਲਡਿੰਗਾਂ ਹਿਸਟੋਰੀਕਲ ਬਿਲਡਿੰਗਾਂ ਬਣਾਈਆਂ ਸੀਗੀਆਂ, ਉਹਨੂੰ ਜਰਮਨ ਦਾ ਈਸਟ ਆਫ ਦਾ ਬੋਆਏ ਵੀ ਕਿਹਾ ਜਾਂਦਾ ਸੀਗਾ ਉਸ ਟਾਈਮ ਦੇ ਵਿੱਚ, ਕਿਉਂਕਿ ਬਹੁਤ ਸਾਰਾ ਇਹਨਾਂ ਨੇ ਆਪਣੀ ਆਰਕੀਟੈਕਚਰ ਯੂਜ਼ ਕਰਕੇ ਇੰਨੀਆਂ ਸੋਹਣੀਆਂ ਇਮਾਰਤਾਂ ਬਣਾਈਆਂ। ਸਭ ਤੋਂ ਖੂਬਸੂਰਤ ਸ਼ਹਿਰ ਸੀਗਾ ਉਸ ਟਾਈਮ ਦਾ ਇਹ। ਅਤੇ ਤੁਹਾਨੂੰ ਮੈਂ ਇੱਕ ਚੀਜ਼ ਹੋਰ ਦਿਖਾਉਂਦਾ, ਇੱਥੇ ਆਹ ਦੇਖੋ ਇੱਥੇ ਸਟਰੀਟ ਦੇ ਉੱਪਰ ਕਿੰਨੇ ਸੋਹਣੀ ਐਕਟਿੰਗ ਕਰ ਰਿਹਾ ਬੰਦਾ। ਇਹ ਜਿਹੜਾ ਬੰਦਾ ਹੈਗਾ ਅਤੇ ਜਿਹੜੀ ਆ ਜਨਾਨੀ ਜਿਹੜੀ ਬੈਠੀ ਹੋਈ ਹੈ ਟੇਬਲ ਦੇ ਉੱਪਰ, ਇਹ ਬਿਲਕੁਲ ਅਸਲੀ ਹੈਗੇ ਨੇ। ਕਿੰਨੇ ਸਲੋ ਮੋਸ਼ਨ 'ਚ ਖੜ੍ਹ ਰਿਹਾ, ਬਿਲਕੁਲ ਨਹੀਂ ਹਿੱਲ ਰਿਹਾ ਹੈਗਾ, ਪਤਾ ਲੱਗਦਾ ਨਹੀਂ ਵੀ ਇਹ ਬੰਦਾ ਅਸਲੀ ਹੋਊਗਾ। ਐਂ ਲੱਗ ਰਿਹਾ ਜਿੱਦਾਂ ਵੀ ਕੋਈ ਸਟੈਚੂ ਖੜ੍ਹਾ ਹੁੰਦਾ ਆ, ਅਤੇ ਉਹ ਜਿਹੜੀ ਉਹ ਕੁੜੀ ਬੈਠੀ ਆ ਉਹ ਇੱਕ ਸਟੈਚੂ ਹੋਊਗੀ ਆ, ਇੱਦਾਂ ਲੱਗ ਰਿਹਾ ਬਿਲਕੁਲ। ਪਰ ਅਸਲੀ ਤਾਂ ਇਹ ਬੰਦਾ ਥੋੜ੍ਹੀ ਦੇਰ ਤੱਕ ਇਹ ਮੂਵਮੈਂਟ ਕਰੂਗਾ। ਲੋਕਾਂ ਦਾ ਅੰਦਾਜ਼ ਹੀ ਬਹੁਤ ਵੱਖਰਾ ਹੈਗਾ ਆ। ਇੱਥੇ ਆਪਣਾ ਆਰਟ ਦਿਖਾ ਕੇ, ਆਪਣਾ ਕੋਈ ਵੀ ਹੁਨਰ ਦਿਖਾ ਕੇ ਇੱਦਾਂ ਲੋਕ ਪੈਸੇ ਇਕੱਠੇ ਕਰਦੇ ਆ। ਡਰੈਜ਼ਨ ਦੀ ਸੈਂਟਰ ਰਿਵਲ ਦੇ ਬਿਲਕੁਲ ਨਾਲ ਹੈਗਾ ਹੈ ਇੱਥੇ ਦਾ ਡਰੈਜ਼ਨ ਦਾ ਓਪੇਰਾ ਹਾਊਸ। ਕਾਫੀ ਕੁਝ ਹੈਗਾ ਦੇ ਅੰਦਰ ਦੇਖਣ ਦੇ ਲਈ, ਜੇ ਤੁਸੀਂ ਇੰਟਰਸਟਡ ਹੋ ਤਾਂ ਅੰਦਰ ਜਾ ਸਕਦੇ ਹਾਂ। ਟਿਕਟ ਵੀ ਇਹਦੀ 3 ਜ਼ਰੂਰ ਦੀ ਹੈਗੀ ਹੈ ਇਸ ਟਾਈਮ, ਅਤੇ ਟਿਕਟ ਲੈ ਕੇ ਆਪਾਂ ਅੰਦਰ ਵਿਜ਼ਿਟ ਕਰ ਸਕਦੇ ਹਾਂ। ਕਾਫੀ ਹਿਸਟੋਰੀਕਲ ਚੀਜ਼ਾਂ ਹੈਗੀਆਂ ਜਾਂ ਪੇਂਟਿੰਗਸ ਹੈਗੀਆਂ ਅੰਦਰ ਰੱਖੀਆਂ ਹੋਈਆਂ ਇਹਨਾਂ ਨੂੰ ਦੇਖਣ ਦੇ ਲਈ। ਓਪੇਰਾ ਹਾਊਸ ਦੇ ਬਿਲਕੁਲ ਓਪੋਜਿਟ ਸਾਈਡ 'ਤੇ, ਦੂਜੀ ਸਾਈਡ 'ਤੇ ਇੱਥੇ ਹੈਗਾ ਆ ਮਿਊਜ਼ੀਅਮ ਬਣਿਆ ਹੋਇਆ ਆ। ਅਤੇ ਪਹਿਲਾਂ ਇਹ ਜਗ੍ਹਾ ਸੀਗੀ ਰਾਜੇ ਦੀ, ਇੱਕ ਗਾਰਡਨ ਸੀਗਾ ਪਹਿਲਾਂ ਇੱਥੇ ਘੁੰਮਣ ਫਿਰਨ ਵਾਸਤੇ, ਬੈਠਣ ਵਾਸਤੇ ਬਣੇ ਸੀ। ਤਿੰਨੇ ਪਾਸੇ ਦੇਖਦੇ ਹੋ ਫੁਹਾਰੇ ਵੀ ਲੱਗੇ ਹੋਏ ਜਿੱਦਾਂ ਪਹਿਲਾਂ ਸੀਗੇ, ਰਾਜੇ ਨੇ ਲਵਾਏ ਸੀ ਆਪਣੇ ਟਾਈਮ ਦੇ ਵਿੱਚ। ਮੈਨੂੰ ਇਹ ਸਾਰਾ ਕੁਝ ਦੇਖ ਕੇ ਕਾਫੀ ਹੈਰਾਨਗੀ ਹੁੰਦੀ ਆ, ਬਿਲਡਿੰਗਾਂ ਦੇਖ ਕੇ ਅੱਜ ਤੋਂ 200-300 ਸਾਲ ਪਹਿਲਾਂ ਵੀ ਲੋਕਾਂ ਨੇ ਕਿੰਨੇ ਆਰਕੀਟੈਕਟ ਵਾਲਾ ਦਿਮਾਗ ਹੁੰਦਾ ਸੀਗਾ। ਇੰਨੀਆਂ ਸਾਰੀਆਂ ਬਿਲਡਿੰਗਾਂ ਬਣਾਈਆਂ ਉਸ ਰਾਜੇ ਨੇ, ਇੰਨੇ ਵਧੀਆ ਆਰਕੀਟੈਕਟ ਇਕੱਠੇ ਕਰਕੇ। ਉਸ ਟਾਈਮ ਵੀ ਕਾਫੀ ਸਾਲ ਲੱਗ ਗਏ ਹੋਣੇ ਮੈਨੂੰ ਲੱਗਦਾ ਆਹ ਬਿਲਡਿੰਗਾਂ ਬਣਾਉਣ ਦੇ ਲਈ। ਜਿਹੜਾ ਤੁਸੀਂ ਪਿੱਛੇ ਮਾਰਕੀਟ ਦੇਖ ਰਹੇ ਹੋ ਇਹ ਸਾਰਾ ਹੈਗਾ ਆ ਨਿਊ ਟਾਊਨ,
ਉੱਧਰ ਓਲਡ ਟਾਊਨ ਵਿਜ਼ਿਟ ਕਰਨ ਤੋਂ ਬਾਅਦ ਅਸੀਂ ਹੁਣ ਇੱਧਰ ਨਿਊ ਟਾਊਨ ਵੱਲ ਆ ਗਏ ਸੀਗੇ ਬ੍ਰਿਜ ਪਾਰ ਕਰਕੇ ਤੁਹਾਨੂੰ ਜਿਵੇਂ ਪਹਿਲਾਂ ਮੈਂ ਦਿਖਾਇਆ ਸੀਗਾ ਅਤੇ ਉਹ ਜਿਹੜਾ ਨਿਊ ਟਾਊਨ ਹੈਗਾ ਆ ਇੱਥੇ ਮੋਸਟਲੀ ਜਿਹੜੀਆਂ ਬਿਲਡਿੰਗਾਂ ਹੈਗੀਆਂ ਨੇ ਇਮਾਰਤਾਂ ਹੈਗੀਆਂ ਨੇ ਸਾਰੀਆਂ ਨਵੀਆਂ ਬਣੀਆਂ ਹੋਈਆਂ ਨੇ ਓਲਡ ਟਾਊਨ ਦੇ ਵਿੱਚ ਪੁਰਾਣੀਆਂ ਅਤੇ ਇੱਧਰਲੇ ਪਾਸੇ ਨਵੇਂ ਟਾਊਨ ਦੇ ਵਿੱਚ ਸਾਰੀਆਂ ਬਿਲਡਿੰਗਾਂ ਨਵੀਆਂ ਨੇ ਅਤੇ ਆਹ ਇੱਕ ਜਿਹੜਾ ਬੁੱਤ ਤੁਸੀਂ ਦੇਖੇ ਪਿੱਛੇ ਲੱਗਿਆ ਹੋਇਆ ਦੇਖ ਰਹੇ ਹੋ ਸਿਰਫ ਇਹੀ ਇੱਕ ਨਿਸ਼ਾਨੀ ਆ ਪੁਰਾਣੀ ਬਾਕੀ ਸਾਰਾ ਕੁਝ ਇੱਥੇ ਜਿਹੜੇ ਬਿਲਡਿੰਗਾਂ ਹੈਗੀਆਂ ਸਾਰੀਆਂ ਨਵੀਆਂ ਬਣੀਆਂ ਹੋਈਆਂ ਨੇ ਵਰਲਡ ਵਾਰ ਸੈਕਿੰਡ ਤੋਂ ਬਾਅਦ ਦੀਆਂ ਨਿਊ ਟਾਊਨ ਦੇ ਵਿੱਚ ਕੁਛ ਖਾਸ ਨਹੀਂ ਸੀਗਾ ਦੇਖਣ ਨੂੰ ਉੱਥੇ ਨਵੀਆਂ ਬਿਲਡਿੰਗਾਂ ਸੀਗੀਆਂ ਜ਼ਿਆਦਾਤਰ ਰੈਜੀਡੈਂਸ਼ੀਅਲ ਏਰੀਆ ਹੈਗਾ ਲੋਕ ਜਿੱਥੇ ਰਹਿੰਦੇ ਆ ਜਾਂ ਫਿਰ ਸ਼ੋਪਿੰਗ ਕਰਨ ਦੇ ਲਈ ਵਧੀਆ ਹੈਗਾ ਉੱਧਰ ਵਾਲੇ ਪਾਸੇ ਜ਼ਿਆਦਾਤਰ ਉੱਧਰ ਚਰਚਿਸ ਵਗੈਰਾ ਹੈਗੀਆਂ ਨੇ ਹੋਰ ਕੋਈ ਪੁਰਾਣੀ ਬਿਲਡਿੰਗ ਨਹੀਂ ਹੈਗੀਆਂ ਜਿੱਦਾਂ ਓਲਡ ਟਾਊਨ ਦੇ ਵਿੱਚ ਕਾਫੀ ਸਾਰੇ ਮਹਿਲ ਜਿਹੇ ਬਣੇ ਹੋਏ ਆ ਅਤੇ ਹੋਰ ਬਿਲਡਿੰਗਾਂ ਬਣੀਆਂ ਹੋਈਆਂ ਉੱਦਾਂ ਦਾ ਕੁਛ ਨਹੀਂ ਸੀਗਾ ਤਾਂ ਕਰਕੇ ਮੈਂ ਕੁਝ ਦਿਖਾਇਆ ਨਹੀਂ ਹੈਗਾ ਉੱਧਰਲੇ ਪਾਸੇ ਦਾ ਇੰਨਾ ਕੁਛ ਅਤੇ ਹੁਣ ਅਸੀਂ ਦੁਬਾਰਾ ਤੋਂ ਪੁਰਾਣੇ ਓਲਡ ਟਾਊਨ ਵੱਲ ਜਾ ਰਹੇ ਹਾਂ ਬਾਕੀ ਇੱਦਾਂ ਨਹੀਂ ਹੈਗਾ ਵੀ ਤੁਹਾਨੂੰ ਸਿਰਫ ਇਮਾਰਤਾਂ ਦਿਖਣਗੀਆਂ ਇੱਥੇ ਦੇਖਣ ਦੇ ਲਈ ਡਰੈਸਡਨ ਦੇ ਓਲਡ ਟਾਊਨ ਦੇ ਵਿੱਚ ਇੱਥੇ ਬੱਚਿਆਂ ਦੀ ਐਕਟੀਵਿਟੀ ਲਈ ਵੀ ਕਾਫੀ ਵੀ ਸਾਰੇ ਪਾਰਕ ਵੀ ਹੈਗੇ ਆ ਬਾਕੀ ਇੱਧਰਲੇ ਪਾਸੇ ਤੁਹਾਨੂੰ ਦਿਖਾਉਂਦਾ ਮੈਂ ਜਿੱਦਾਂ ਆਪਣੇ ਲੰਡਨ ਵਿੱਚ ਹੈਗੀ ਆ ਲੰਡਨ ਆਈ ਉੱਦਾਂ ਇੱਥੇ ਆ ਚੰਡੋਲ ਜਿਹਾ ਵੀ ਲੱਗਿਆ ਹੋਇਆ ਆ ਬੱਚਿਆਂ ਦੇ ਇੰਜੋਇਮੈਂਟ ਵਾਸਤੇ ਜਿੱਥੇ ਆਪਾਂ ਬੱਚਿਆਂ ਨਾਲ ਆਉਂਦੇ ਹਾਂ ਅਤੇ ਉਹਨਾਂ ਨੂੰ ਵੀ ਥੋੜ੍ਹਾ ਇੰਜੋਇਮੈਂਟ ਕਰਵਾ ਸਕਦੇ ਹਾਂ ਅਤੇ ਬਾਕੀ ਹੁਣ ਦੇਖਦੇ ਹਾਂ ਸ਼ਾਇਦ ਤੁਹਾਡਾ ਪਲੈਨ ਹੈਗਾ ਆ ਇਹਦੇ ਵਿੱਚ ਜਾ ਕੇ ਬੈਠਾਂਗੇ ਅਤੇ ਦੇਖਦੇ ਹਾਂ ਬਾਕੀ ਕਿੱਦਾਂ ਲੱਗਦਾ ਉੱਪਰੋਂ ਇਹਦੇ ਵਿੱਚ ਬਹਿ ਕੇ ਕਿਸ ਤਰ੍ਹਾਂ ਦਾ ਫੀਲਿੰਗ ਜੀ ਆਉਂਦੀ ਆ ਅਤੇ ਸ਼ਹਿਰ ਕਿੱਦਾਂ ਲੱਗਦਾ ਇਹਦੇ ਵਿੱਚ ਬਹਿ ਕੇ ਦੇਖਾਂਗੇ ਅੰਦਰ ਜਾ ਕੇ ਬਾਕੀ ਜਿਹੜੀ ਟਿਕਟ ਹੈਗੀ ਆ ਮੈਂ ਇੱਥੇ ਆਲਰੇਡੀ ਪਤਾ ਕਰ ਲਈ ਸੀਗੀ ਇੰਟਰਨੈਟ 'ਤੇ ਅਤੇ ਉਹ ਟਿਕਟ ਜਿਹੜੀ ਹੈਗੀ ਆ ਜੇ ਆਪਾਂ ਤਾਂ ਅਡਲਟ ਦੀ ਲੈਣੀ ਆ 6 ਯੂਰੋ ਟਿਕਟ ਹੈਗੀ ਆ ਬਾਕੀ ਬੱਚਿਆਂ ਦੀ 4 ਯੂਰੋ ਟਿਕਟ ਹੈਗੀ ਆ ਬਾਕੀ ਇਹ ਸਾਹਮਣੇ ਦੇਖੋ ਆਹ ਪਰਮਾਨੈਂਟ ਇੱਥੇ ਝਰਨੇ ਜਿਹੇ ਲੱਗੇ ਹੋਏ ਆ ਜਿੱਦਾਂ ਕਿਸੇ ਨੇ ਵੀ ਇੱਥੇ ਵਿੱਚੋਂ ਲੰਘਣਾ ਹੋਵੇ ਪਾਣੀ ਦੇ ਵਿੱਚੋਂ ਗਰਮੀ ਗਰਮੀ ਹੋਵੇ ਆਪਣਾ ਵਧੀਆ ਫੀਲ ਹੁੰਦਾ ਇਹਦੇ ਵਿੱਚ ਲੰਘ ਕੇ ਗੇੜੇ ਲਵਾਉਂਦੇ ਆ ਅਤੇ ਉਸ ਤੋਂ ਬਾਅਦ ਜੀ ਬਾਹਰ ਆਏ ਹਾਂ ਮਾਰਤਾ ਤਾਂ ਇੱਕ ਗੇੜੇ 'ਚ ਵੀ ਘਬਰਾਉਣ ਲੱਗ ਪਈ ਸੀਗੇ ਕਹਿੰਦੇ ਘਬਰਾਹਟ ਹੋ ਰਹੀ ਆ ਮੈਨੂੰ ਅਤੇ ਮੈਂ ਕਿਹਾ ਹਜੇ ਤਾਂ ਤੇਜ਼ ਘੁੰਮਣਾ ਹੈਗਾ ਆ ਪਰ ਨਹੀਂ ਉਹਨਾਂ ਨੇ ਤੇਜ਼ ਨਹੀਂ ਘੁੰਮਾਇਆ ਹੈਗਾ 4 ਗੇੜੇ ਨੋਰਮਲ ਜਿਹੇ ਲਵਾ ਕੇ ਪਰ ਉੱਪਰੋਂ ਜਿਹੜਾ ਸ਼ਹਿਰ ਦਾ ਵੀ ਤੁਸੀਂ ਦੇਖਿਆ ਹੀ ਹੋਣਾ ਨਾ ਅਤੇ ਕਾਫੀ ਸੋਹਣਾ ਲੱਗਦਾ ਆ ਪੂਰਾ ਸ਼ਹਿਰ ਦੀਦਾ ਉੱਪਰੋਂ ਚੰਡੋਲ 'ਚ ਬਹਿ ਕੇ ਸਵੇਰੇ 10 ਵਜੇ ਤੋਂ ਨਿਕਲੇ ਹੋਏ ਹਾਂ ਅਸੀਂ ਆਪਣੇ ਹੋਸਟਲ ਤੋਂ ਅਤੇ ਹੁਣ ਸ਼ਾਮ ਦੇ 7 ਵੱਜ ਗਏ ਨੇ ਰਾਊਂਡ ਅਤੇ ਸਾਰਾ ਦਿਨ ਪੂਰਾ ਲੱਗ ਗਿਆ ਅੱਜ ਦੀ ਵੀਡੀਓ ਤੁਹਾਨੂੰ ਮੈਂ ਸਾਰਾ ਦਿਖਾ ਤਾ ਐਕਸਪਲੋਰ ਕਰਤਾ ਵੀ ਡਰੈਸਡਨ ਦੇ ਵਿੱਚ ਹੈ ਕੀ ਹੈਗਾ ਜਿਹੜੀ ਮੇਰੀ ਜਗ੍ਹਾ ਤੁਹਾਨੂੰ ਸਾਰੀ ਦੱਸਦੀਆਂ ਨੇ ਇੱਕ ਦਿਨ ਦੇ ਵੀ ਤੁਸੀਂ ਕਿਤੇ ਕਿਤੇ ਘੁੰਮ ਸਕਦੇ ਹੋ ਅਤੇ ਬਾਕੀ ਹੋਪ ਆ ਤੁਹਾਨੂੰ ਵੀ ਵਧੀਆ ਲੱਗੀ ਹੋਣੀ ਵੀਡੀਓ ਖਾਸ ਕਰਕੇ ਓਲਡ ਟਾਊਨ ਵਾਲੀ ਮੈਨੂੰ ਤਾਂ ਓਲਡ ਟਾਊਨ ਵਧੀਆ ਲੱਗਿਆ ਬਹੁਤ ਜ਼ਿਆਦਾ ਅਤੇ ਨਵੇਂ ਟਾਊਨ ਦੇ ਵਿੱਚ ਸਾਨੂੰ ਮੈਂ ਵੀਡੀਓ ਨਹੀਂ ਬਣਾਈ ਹੈ ਅਤੇ ਉੱਥੇ ਹੈ ਵੀ ਕੁਛ ਨਹੀਂ ਸੀਗਾ ਕਿਉਂਕਿ ਉੱਥੇ ਸਾਰਾ ਕੁਝ ਨਵਾਂ ਹੀ ਬਿਲਡਿੰਗਾਂ ਸੀਗੀਆਂ ਆਮ ਜਿੱਦਾਂ ਆਪਣੇ ਹੈਗਾ ਹੀ ਆ ਨਾ ਹਰ ਕਿਤੇ ਪਰ ਓਲਡ ਟਾਊਨ ਦੇ ਵਿੱਚ ਬਹੁਤ ਕੁਛ ਸੀਗਾ ਹਿਸਟੋਰੀਕਲ ਚੀਜ਼ਾਂ ਬਹੁਤ ਕੁਛ ਸਿੱਖਣ ਨੂੰ ਮਿਲਿਆ ਬਹੁਤ ਕੁਛ ਦੇਖਣ ਨੂੰ ਮਿਲਿਆ ਉੱਥੇ ਜਾ ਕੇ ਹੋਪ ਆ ਤੁਹਾਨੂੰ ਵਧੀਆ ਲੱਗੀ ਹੋਣੀ ਆ ਓਲਡ ਟਾਊਨ ਵਾਲੀ ਜਗ੍ਹਾ ਅਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਕਿਹੜੀ ਸਾਈਡ ਕਿਹੜੀ ਸੀਨ ਤੁਹਾਨੂੰ ਵਧੀਆ ਲੱਗਿਆ ਆ ਵੀਡੀਓ ਦੇ ਵਿੱਚ ਅਤੇ ਪਲੀਜ਼ ਵੀਡੀਓ ਨੂੰ ਲਾਈਕ ਵੀ ਕਰ ਦਿਓ ਕਿਉਂਕਿ ਤੁਹਾਡੇ ਲਾਈਕ ਦੇ ਨਾਲ ਬਹੁਤ ਜ਼ਿਆਦਾ ਮੋਟੀਵੇਸ਼ਨ ਮਿਲਦਾ ਹੈ ਜਿੰਨੇ ਤੁਸੀਂ ਜ਼ਿਆਦਾ ਲਾਈਕ ਕਰੋਗੇ ਉਨਾ ਮੈਨੂੰ ਮੋਟੀਵੇਟ ਹੋ ਮਿਲੂਗਾ ਤਾਂ ਜੋ ਮੈਂ ਤੁਹਾਨੂੰ ਅੱਗੇ ਵਾਲੀ ਵੀਡੀਓ ਵਿੱਚ ਹੋਰ ਨਵੀਂ ਨਵੀਂ ਜਗ੍ਹਾ ਦਾ ਦਿਖਾ ਸਕਾਂ ਮੈਂ ਐਕਸਪਲੋਰ ਕਰ ਸਕਾਂ ਆਪਣੇ ਚੈਨਲ ਦੇ ਉੱਪਰ ਬਾਕੀ ਅੱਜ ਦੀ ਵੀਡੀਓ 'ਚ ਇੰਨਾ ਹੀ ਮਿਲਦੇ ਹਾਂ ਆਪਾਂ ਨੈਕਸਟ ਵੀਡੀਓ ਵਿੱਚ ਕਿਤੇ ਹੋਰ ਜਗ੍ਹਾ 'ਤੇ ਉਦੋਂ ਤੱਕ ਲਈ ਸਾਰਿਆਂ ਨੂੰ ਗੁੱਡ ਬਾਏ।